ਜੀ, ਇਹ ਇੰਸੀਡੈਂਟ ਜਿਹੜਾ ਹੈਗਾ ਇਹ ਹੋਇਆ ਸੀਗਾ 12 ਤਰੀਕ ਨੂੰ। ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਿੰਡ ਭਾਨਰੇ 'ਚੋਂ 3 ਕੁੜੀਆਂ ਜਿਨ੍ਹਾਂ ਦੀ ਉਮਰ 14 ਸਾਲ, 15 ਸਾਲ ਅਤੇ 17 ਸਾਲ ਹੈਗੀ ਹੈ, ਇਹ ਮਿਸਿੰਗ ਹੈਗੀਆਂ ਨੇ। ਤਾਂ ਪਰਿਵਾਰ ਵਾਲਿਆਂ ਨੇ 1-2 ਦਿਨ ਆਪਣੇ ਤੌਰ 'ਤੇ ਭਾਲ ਕੀਤੀ, ਜਦੋਂ ਨਹੀਂ ਮਿਲੀਆਂ ਤਾਂ ਇਹਨਾਂ ਨੇ 14 ਤਰੀਕ ਨੂੰ ਸਾਡੇ ਕੋਲ ਆਏ, ਰਜਿਸਟ੍ਰੇਸ਼ਨ ਹੋਈ FIR ਦੀ ਅੰਡਰ 346। ਅਤੇ ਅਸੀਂ ਇਹਨਾਂ ਦੇ ਕਹਿਣ 'ਤੇ ਜਿਵੇਂ ਜਿੱਥੇ ਜਿੱਥੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਸੀਗੀਆਂ, ਸਮਾਣਾ, ਮੁਜ਼ੱਫਰਨਗਰ, ਅਸੀਂ ਰੇਡ ਕੀਤੀਆਂ, ਬਟ ਇਹ ਨਹੀਂ ਮਿਲੀਆਂ। ਕੱਲ੍ਹ 21 ਤਰੀਕ ਨੂੰ ਇਹਨਾਂ ਦੀ ਸਾਨੂੰ ਬੋਡੀਜ਼ ਮਿਲੀਆਂ ਨੇ ਤਿੰਨਾਂ ਦੀਆਂ। 2 ਦੀ ਬੋਡੀ ਮਿਲੀ ਹੈਗੀ ਹੈ ਚੁੱਕੀ 'ਚ, ਨਹਿਰ 'ਚ, ਭਾਖੜਾ 'ਚ, ਅਤੇ 1 ਬੋਡੀ ਮਿਲੀ ਹੈ ਸਾਨੂੰ ਖਨੌਰੀ ਤੋਂ। ਨਾਮ ਜੀ ਅਸੀਂ ਨਹੀਂ ਡਿਸਕਲੋਜ਼ ਕਰ ਸਕਦੇ। ਇਹਨਾਂ ਦੀ ਉਮਰ ਜਿਹੜੀ ਹੈਗੀ ਹੈ, 1 ਕੁੜੀ ਜਿਹੜੀ, 2 ਸਕੀਆਂ ਸਿਸਟਰਸ ਨੇ, ਉਹਨਾਂ ਦੀ 14 ਅਤੇ 17 ਸਾਲ ਹੈਗੀ ਹੈ, ਅਤੇ ਬਾਕੀ 1 ਕੁੜੀ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਕਜ਼ਨ ਹੈਗੀ ਹੈ, ਇਹਨਾਂ ਦੇ ਫਾਦਰ ਦੇ ਮਾਮਾ ਦੀ ਕੁੜੀ ਹੈਗੀ ਹੈ, ਉਹਦੀ ਉਮਰ 15 ਸਾਲ ਹੈ। ਦੇਖੋ ਜੀ, ਜਿਹੜੇ ਇਹਨਾਂ ਦੇ ਪੇਰੈਂਟਸ ਹੈਗੇ ਨੇ, ਫਾਦਰ ਦੇ ਬਿਆਨ 'ਤੇ ਇਹ ਲੱਗਦਾ ਕਿ ਇਹ ਅਮੂਮਨ ਤੌਰ 'ਤੇ ਨਹਾਉਣ ਜਾਂਦੀਆਂ ਸੀਗੀਆਂ ਕੁੜੀਆਂ ਭਾਖੜਾ 'ਚ, ਤਾਂ ਹੋ ਸਕਦਾ ਕਿ ਐਕਸੀਡੈਂਟ ਹੋਵੇ, ਕਿ ਇੱਕ ਕੁੜੀ ਨਹਾਉਣ ਗਈ ਹੋਵੇ ਅਤੇ ਇਹਨੂੰ ਬੰਨ ਕੇ, ਮਤਲਬ ਮੇਬੀ ਵਹਾਅ, ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਤਾਂ ਉਹ ਜਾਰੀ ਹੋਵੇ, ਅਤੇ ਬਾਕੀ ਦੋਨੋਂ ਕੁੜੀਆਂ ਨੇ ਉਹਨੂੰ ਬਚਾਉਣ ਵਾਸਤੇ ਦੁਪੱਟਾ ਬੰਨਿਆ ਹੋਵੇ। ਦਿਸ ਇਜ਼ 1 ਥਿਊਰੀ। ਇਹਨਾਂ ਦਾ ਥਿਊਰੀ ਕੁੱਡ ਵੀ ਮੇਬੀ ਕਿਸੇ ਤਰ੍ਹਾਂ ਦਾ, ਇਹਨਾਂ ਦਾ ਆਤਮ ਹੱਤਿਆ ਦਾ ਵੀ ਹੋ ਸਕਦਾ। ਬਾਕੀ ਪੋਸਟਮਾਰਟਮ ਹਜੇ ਚੱਲ ਰਿਹਾ ਹੈ, ਰਿਪੋਰਟ ਪੈਂਡਿੰਗ ਹੈਗੀ ਹੈ, ਜਿਵੇਂ ਵੀ ਰਿਪੋਰਟ ਆਏਗੀ ਤਾਂ ਵੀ ਪ੍ਰੋਸੀਡ। ਹਜੇ ਤੱਕ ਕੋਈ ਫਾਊਲ ਪਲੇ ਨਹੀਂ ਸਾਨੂੰ ਹਾਂਜੀ, ਅੱਜ ਸ਼ਾਮ ਤੱਕ ਅਸੀਂ ਐਟਲੀਸਟ ਵੀ ਗੈਟ ਟੂ ਨੋ ਕੀ ਰੀਜ਼ਨ ਹੈ ਡੈਥ ਦਾ, ਬਾਕੀ ਤਾਂ ਰਿਪੋਰਟ ਜਿਹੜੀ ਹੈਗੀ। ਹਾਂਜੀ, 346 ਦਾ 82 ਨੰਬਰ FIR ਹੈਗੀ ਹੈ, 14 ਤਰੀਕ ਦੀ ਉਹ ਰਜਿਸਟਰ ਹੋਈ ਹੈ। ਉਹ ਜੀ ਪੋਸਟਮਾਰਟਮ ਤੋਂ ਪਤਾ ਲੱਗੇਗਾ, ਕਿਉਂਕਿ ਸਾਡੇ ਕੋਲ CCTV ਫੁਟੇਜ ਹੈਗੀ ਜਿਹਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਉਹ ਆਪ ਗਈਆਂ ਨੇ, ਠੀਕ ਹੈ। 2 CCTV ਫੁਟੇਜ ਹੈ ਅਤੇ 3 ਗਵਾਹ ਨੇ, ਆਈ ਵਿਟਨੈਸ ਨੇ, ਜਿਨ੍ਹਾਂ ਨੇ ਇਹਨਾਂ ਨੂੰ, ਤਿੰਨਾਂ ਨੂੰ ਇਕੱਲਿਆਂ ਨੂੰ ਜਾਂਦੇ ਹੋਏ ਦੇਖਿਆ ਨਹਿਰ ਵੱਲ। ਤਾਂ ਬਾਕੀ ਪੋਸਟਮਾਰਟਮ 'ਚੋਂ ਪਤਾ ਲੱਗੇਗਾ ਜੇ ਕੋਈ ਇੰਜਰੀ ਹੈਗੀ ਹੈ ਜਾਂ ਕੋਈ ਫੋਰਸ ਯੂਜ਼ ਹੋਈ ਹੈ, ਤਾਂ ਅਸੀਂ ਜਿਵੇਂ ਵੀ ਹੋਊਗੀ ਪੋਸਟਮਾਰਟਮ ਰਿਪੋਰਟ, ਅੱਗੇ ਕਾਰਵਾਈ ਕੀਤੀ ਜਾਏਗੀ। ਜੀ, ਇਹ ਇੰਸੀਡੈਂਟ ਜਿਹੜਾ ਹੈਗਾ ਇਹ ਹੋਇਆ ਸੀਗਾ 12 ਤਰੀਕ ਨੂੰ। ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਿੰਡ ਭਾਨਰੇ 'ਚੋਂ 3 ਕੁੜੀਆਂ ਜਿਨ੍ਹਾਂ ਦੀ ਉਮਰ 14 ਸਾਲ, 15 ਸਾਲ ਅਤੇ 17 ਸਾਲ ਹੈਗੀ ਹੈ, ਇਹ ਮਿਸਿੰਗ ਹੈਗੀਆਂ ਨੇ। ਤਾਂ ਪਰਿਵਾਰ ਵਾਲਿਆਂ ਨੇ 1-2 ਦਿਨ ਆਪਣੇ ਤੌਰ 'ਤੇ ਭਾਲ ਕੀਤੀ, ਜਦੋਂ ਨਹੀਂ ਮਿਲੀਆਂ ਤਾਂ ਇਹਨਾਂ ਨੇ 14 ਤਰੀਕ ਨੂੰ ਸਾਡੇ ਕੋਲ ਆਏ, ਰਜਿਸਟ੍ਰੇਸ਼ਨ ਹੋਈ FIR ਦੀ ਅੰਡਰ 346। ਅਤੇ ਅਸੀਂ ਇਹਨਾਂ ਦੇ ਕਹਿਣ 'ਤੇ ਜਿਵੇਂ ਜਿੱਥੇ ਜਿੱਥੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਸੀਗੀਆਂ, ਸਮਾਣਾ, ਮੁਜ਼ੱਫਰਨਗਰ, ਅਸੀਂ ਰੇਡ ਕੀਤੀਆਂ, ਬਟ ਇਹ ਨਹੀਂ ਮਿਲੀਆਂ। ਕੱਲ੍ਹ 21 ਤਰੀਕ ਨੂੰ ਇਹਨਾਂ ਦੀ ਸਾਨੂੰ ਬੋਡੀਜ਼ ਮਿਲੀਆਂ ਨੇ ਤਿੰਨਾਂ ਦੀਆਂ। 2 ਦੀ ਬੋਡੀ ਮਿਲੀ ਹੈਗੀ ਹੈ ਚੁੱਕੀ 'ਚ, ਨਹਿਰ 'ਚ, ਭਾਖੜਾ 'ਚ, ਅਤੇ 1 ਬੋਡੀ ਮਿਲੀ ਹੈ ਸਾਨੂੰ ਖਨੌਰੀ ਤੋਂ। ਨਾਮ ਜੀ ਅਸੀਂ ਨਹੀਂ ਡਿਸਕਲੋਜ਼ ਕਰ ਸਕਦੇ। ਇਹਨਾਂ ਦੀ ਉਮਰ ਜਿਹੜੀ ਹੈਗੀ ਹੈ, 1 ਕੁੜੀ ਜਿਹੜੀ, 2 ਸਕੀਆਂ ਸਿਸਟਰਸ ਨੇ, ਉਹਨਾਂ ਦੀ 14 ਅਤੇ 17 ਸਾਲ ਹੈਗੀ ਹੈ, ਅਤੇ ਬਾਕੀ 1 ਕੁੜੀ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਕਜ਼ਨ ਹੈਗੀ ਹੈ, ਇਹਨਾਂ ਦੇ ਫਾਦਰ ਦੇ ਮਾਮਾ ਦੀ ਕੁੜੀ ਹੈਗੀ ਹੈ, ਉਹਦੀ ਉਮਰ 15 ਸਾਲ ਹੈ।
ਤੁਹਾਡੀ ਪਹਿਲੀ ਇਨਵੈਸਟੀਗੇਸ਼ਨ 'ਚ ਕੀ ਲੱਗਦਾ? ਦੇਖੋ ਜੀ, ਜਿਹੜੇ ਇਹਨਾਂ ਦੇ ਪੇਰੈਂਟਸ ਹੈਗੇ ਨੇ, ਫਾਦਰ ਦੇ ਬਿਆਨ 'ਤੇ ਇਹ ਲੱਗਦਾ ਕਿ ਇਹ ਅਮੂਮਨ ਤੌਰ 'ਤੇ ਨਹਾਉਣ ਜਾਂਦੀਆਂ ਸੀਗੀਆਂ ਕੁੜੀਆਂ ਭਾਖੜਾ 'ਚ, ਤਾਂ ਹੋ ਸਕਦਾ ਕਿ ਐਕਸੀਡੈਂਟ ਹੋਵੇ, ਕਿ ਇੱਕ ਕੁੜੀ ਨਹਾਉਣ ਗਈ ਹੋਵੇ ਅਤੇ ਇਹਨੂੰ ਬੰਨ ਕੇ, ਮਤਲਬ ਮੇ ਬੀ ਵਹਾ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਤਾਂ ਉਹ ਜਾਰੀ ਹੋਵੇ, ਅਤੇ ਬਾਕੀ ਦੋਨੋਂ ਕੁੜੀਆਂ ਨੇ ਉਹਨੂੰ ਬਚਾਉਣ ਵਾਸਤੇ ਦੁਪੱਟਾ ਬੰਨਿਆ ਹੋਵੇ। ਦਿਸ ਇਜ਼ ਵਨ ਥਿਊਰੀ। ਇਹਨਾਂ ਦਾ ਥਿਊਰੀ ਕੁਡ ਬੀ ਮੇ ਬੀ ਕਿਸੇ ਤਰ੍ਹਾਂ ਦਾ ਇਹਨਾਂ ਦਾ ਆਤਮ ਹੱਤਿਆ ਦਾ ਵੀ ਹੋ ਸਕਦਾ। ਬਾਕੀ ਪੋਸਟਮਾਰਟਮ ਹਜੇ ਚੱਲ ਰਿਹਾ ਹੈ, ਰਿਪੋਰਟ ਪੈਂਡਿੰਗ ਹੈਗੀ ਹੈ, ਜਿਵੇਂ ਵੀ ਰਿਪੋਰਟ ਆਏਗੀ ਤਾਂ ਵੀ ਪ੍ਰੋਸੀਡ। ਹਜੇ ਤੱਕ ਕੋਈ ਫਾਊਲ ਪਲੇ ਨਹੀਂ ਸਾਨੂੰ ਹਾਂਜੀ, ਅੱਜ ਸ਼ਾਮ ਤੱਕ ਅਸੀਂ ਐਟਲੀਸਟ ਵੀ ਗੈਟ ਟੂ ਨੋ ਕੀ ਰੀਜ਼ਨ ਹੈ ਡੈਥ ਦਾ। ਬਾਕੀ ਤਾਂ ਰਿਪੋਰਟ ਜਿਹੜੀ ਹੈਗੀ, ਹਾਂਜੀ, 346 ਦਾ 82 ਨੰਬਰ ਐਫ ਆਈ ਆਰ ਹੈਗੀ ਹੈ, 14 ਤਰੀਕ ਦੀ ਉਹ ਰਜਿਸਟਰ ਹੋਈ ਹੈ। ਉਹ ਜੀ ਪੋਸਟਮਾਰਟਮ ਤੋਂ ਪਤਾ ਲੱਗੇਗਾ, ਕਿਉਂਕਿ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਹੈ ਜਿਹਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਉਹ ਆਪ ਗਈਆਂ ਨੇ। ਠੀਕ ਹੈ, ਇੱਕ ਨਹੀਂ ਦੋ ਸੀਸੀਟੀਵੀ ਫੁਟੇਜ ਹੈ, ਅਤੇ ਤਿੰਨ ਗਵਾਹ ਨੇ, ਆਈ ਵਿਟਨੈਸ ਨੇ, ਜਿਨ੍ਹਾਂ ਨੇ ਇਹਨਾਂ ਨੂੰ, ਤਿੰਨਾਂ ਨੂੰ ਇਕੱਲਿਆਂ ਨੂੰ ਜਾਂਦੇ ਹੋਏ ਦੇਖਿਆ ਨਹਿਰ ਵੱਲ। ਤਾਂ ਬਾਕੀ ਪੋਸਟਮਾਰਟਮ 'ਚੋਂ ਪਤਾ ਲੱਗੇਗਾ ਜੇ ਕੋਈ ਇੰਜਰੀ ਹੈਗੀ ਹੈ ਜਾਂ ਕੋਈ ਫੋਰਸ ਯੂਜ਼ ਹੋਈ ਹੈ, ਤਾਂ ਅਸੀਂ ਜਿਵੇਂ ਵੀ ਹੋਊਗੀ ਪੋਸਟਮਾਰਟਮ ਰਿਪੋਰਟ, ਅੱਗੇ ਕਾਰਵਾਈ ਕੀਤੀ ਜਾਏਗੀ।